ਹਾਂਜੀ ਯਾਰ, ਕੀ ਹਾਲ ਚਾਲ ਆ ਸਾਰੇ ਦੋਸਤਾਂ ਮਿੱਤਰਾਂ ਦਾ? ਉਮੀਦ ਕਰ ਤੁਸੀਂ ਠੀਕ ਠਾਕ ਹੋਵੋਗੇ, ਤੁਹਾਡੇ ਜਾਨਵਰ ਵੀ ਸੈੱਟ ਵੈੱਟ ਹੋਣਗੇ। ਅਤੇ ਆਪਣੇ ਕੋਲ ਨਾ ਬੱਚੇ ਆਏ ਆ, ਗਿਫਟ 5-6 ਹੈਗੇ ਹੈ ਨਾ ਬੱਚੇ, ਤੁਹਾਨੂੰ ਮੈਂ ਬਾਅਦ 'ਚ ਦਿਖਾਉਂਦਾ, ਪਹਿਲਾਂ ਗੱਲਬਾਤ ਆਪਾਂ ਕਰ ਲਈਏ ਕਿ ਬੱਚੇ ਕਿੱਥੋਂ ਆਏ ਆ। ਬੱਚੇ ਬਾਈ ਜਗਰੂਪ ਦੇ ਪਿੰਡ, ਉਹ ਬਾਈ ਕੁਲਦੀਪ ਆ ਹੈ ਨਾ, ਬੰਦਾ ਯਾਰ ਨਾਈਸ ਆ, ਜਿਵੇਂ ਦਾ ਬਾਈ ਜਗਰੂਪ ਆ ਉਵੇਂ ਦਾ ਹੀ ਬਾਈ ਆ ਹੈ ਨਾ। ਉਹ ਬਾਈ ਨੇ ਦਿੱਤੇ ਆ ਬੱਚੇ, ਕਹਿੰਦਾ ਵੀ ਗਿਝਾ ਲਓ ਬਾਈ ਆਪਣੇ ਨਾਲ, ਕਹਿ ਲਓ ਆਪਣੇ ਗਰੁੱਪ ਦੇ ਨਾਲ ਜੁੜਿਆ ਹੈ ਨਾ, ਜਾਂ ਆਪਾਂ ਉਹਦੇ ਨਾਲ ਜੁੜੇ ਹਾਂ, ਅਤੇ ਇੱਕ ਦੂਜੇ ਦਾ ਹੈ ਨਾ, ਉਹ ਬਾਈ ਨੂੰ ਆਪਣਾ ਸਹਾਰਾ, ਆਪਾਂ ਨੂੰ ਬਾਈ ਦਾ ਸਹਾਰਾ। ਅਤੇ ਇੱਕ ਬਾਈ ਨੇ ਨਾ ਕਬੂਤਰ ਯਾਰ ਕਰਨੇ ਆ ਸੇਲ, ਅਤੇ ਕਬੂਤਰਾਂ ਦੀ ਵੀਡੀਓ ਆਪਾਂ ਇਹ ਵੀਡੀਓ ਦੇ ਨਾਲ ਹੀ ਮੈਂ ਐਂਡ 'ਤੇ ਜੋੜ ਦਿੰਦਾ ਹੈ ਨਾ, ਅਤੇ ਉਹ ਤੁਸੀਂ ਦੇਖ ਲਿਓ। ਸਾਰੇ ਨਹੀਂ ਕਬੂਤਰ ਸੇਲ ਕਰਨੇ, ਜਿੰਨੇ 5-6 ਕਬੂਤਰ ਹੀ ਆ ਹੈ ਨਾ, ਅਤੇ ਬਾਕੀ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ। ਕੰਟੈਕਟ ਨੰਬਰ ਆਪਾਂ ਦਿੱਤਾ ਵਿਆ ਹੈ ਨਾ ਡਿਸਕ੍ਰਿਪਸ਼ਨ 'ਚ ਵੀ, ਮੈਂ ਦੇ ਦੂੰਗਾ ਕੰਟੈਕਟ ਨੰਬਰ। ਅਤੇ ਬੱਚੇ ਤੁਹਾਨੂੰ ਮੈਂ ਦਿਖਾਉਂਦਾ ਜਿਹੜੇ ਬਾਈ ਨੇ ਦਿੱਤੇ ਹੈ ਨਾ, ਬੰਦਾ ਨਾਈਸ ਬਹੁਤ ਆ ਯਾਰ, ਉਹਨੇ 5-6 ਬੱਚੇ ਦਿੱਤੇ ਹੈ ਨਾ। ਬਾਈ ਕਹਿੰਦਾ ਵੀ ਬਾਕੀ ਖੁੱਲ੍ਹੇ ਸੱਦੇ ਜੀ ਆਇਆਂ ਨੂੰ, ਜਦੋਂ ਮਰਜ਼ੀ ਹੈ ਨਾ, ਜਿਹੜਾ ਮਰਜ਼ੀ ਜਾਨਵਰ, ਪਿਆਰ ਹੀ ਵਾਲਾ ਬਾਈ ਨਾਲ ਪੈ ਗਿਆ ਹੈ ਨਾ। ਜਗਰੂਪ ਬਾਈ ਦੇ ਚੱਲ ਛੋਟੇ ਹੁੰਦੇ ਤਾਂ, ਕਿਉਂਕਿ ਇਹ ਬਾਈ ਉਹਨੇ ਪਹਿਲਾਂ ਕਬੂਤਰ ਰੱਖੇ ਰਹੇ ਆ ਹੈ ਨਾ, ਅਤੇ ਜਗਰੂਪ ਬਾਈ ਉਹਨਾਂ ਕੋਲ ਛੋਟਾ ਹੁੰਦਾ ਜਾਂਦਾ ਰਿਹਾ, ਫਿਰ ਅਤੇ ਤਾਂ ਹੀ ਕਰਕੇ ਇਹਨਾਂ ਦਾ ਪਿਆਰ ਬਣਿਆ। ਮੈਂ ਬਾਈ ਨਾਲ ਬੱਚੇ ਆ ਰਹੇ ਸਾਰੇ, ਨੈੱਟ ਛੱਡੇ ਵੇ ਸਾਰੇ ਬੱਚੇ ਵਿੱਚ ਹੀ ਆ, ਮਤਲਬ ਕੁੱਲ ਮਿਲਾ ਕੇ ਆਪਣੇ ਵਾਲੇ ਵੀ ਅਤੇ ਬਾਈ ਵਾਲੇ ਵੀ। ਇਹ ਜਾਲ 'ਚ ਪਾ ਲੈਣੇ ਸੀ, ਨਾਲੇ ਤੇ ਇਹਨਾਂ ਨੂੰ ਧੁੱਪ ਲੱਗ ਜੂ ਘੰਟਾ ਹੈ ਨਾ, ਅਤੇ ਫਿਰ ਆਪਾਂ ਤਾੜ ਦਾਂਗੇ, ਨਾਲੇ ਤੁਹਾਨੂੰ ਇਕੱਲਾ ਇਕੱਲਾ ਕਰਕੇ ਦਿਖਾਉਂਦਾ ਵੀ ਕਿਹੜੇ 5-6 ਬਾਈ ਕੋਲੋਂ ਆਏ ਵੇ ਆ। ਦਿਖਾਉਂਦਾ ਮਿੱਤਰੋ, ਖੜ ਜਾਓ, ਇਹਨਾਂ ਨੂੰ ਦਾਣੇ ਦੋਣੇ ਮਾੜੇ ਮੋਟੇ ਚੌਕ ਲੈਣ ਦਿਓ ਹੈ ਨਾ। ਆਪਣੇ ਵਾਲੇ ਵਾਹ ਵਾਹ ਬੱਚੇ ਵੱਡੇ ਹੋ ਗਏ, ਅਤੇ ਆਪਣਾ ਛੁਰਲੀ ਉੱਦਣ ਵਾਪਸ ਆਇਆ ਨਹੀਂ, ਉਹ ਪਤਾ ਹੀ ਨਹੀਂ ਕਿੱਧਰ ਚੱਲ ਗਿਆ ਹੈ ਨਾ, ਇਕੱਲਾ ਇਕੱਲਾ ਕਰਕੇ ਬੱਚਾ ਪਤਾ ਨਹੀਂ ਕਿੱਧਰ ਗਾਇਬ ਹੋਈ ਜਾਂਦਾ ਵਾ। ਅਤੇ ਬਾਕੀ ਆਪਾਂ ਜਿਹੜੇ ਨਾਲ ਦੇ ਦੋ ਡੰਡੇ ਵਾਲਾ ਅਤੇ ਢਿੱਡ ਟੋਰੀ ਵਾਲਾ, ਉਹ ਵੀ ਆਪਾਂ ਫਿਰ ਬੰਦ ਕਰਦੇ ਆ, ਉਹ ਨਹੀਂ ਹੁੰਦਾ ਆਉਂਦੇ ਵਿੱਚ ਹੀ, ਉਹਨਾਂ ਨੂੰ ਤਾਂ ਚੱਲ ਅੰਦਰ ਫਿਰਦੇ ਰਹਿਣ ਦਿੰਦੇ ਹਾਂ। ਅਤੇ ਇਹਨਾਂ ਨੂੰ ਦਾਣੇ ਪਾਣੀ ਮੈਂ ਕਹਿੰਦਾ ਖਾ ਲੈਣ ਦੇ, ਥੋੜ੍ਹਾ ਫਿਰ ਆਪਾਂ ਜਾਲ 'ਚ ਪਾ ਦਿੰਦੇ ਹਾਂ, ਫਿਰ ਇਹਨੂੰ ਘੰਟੇ ਕੁ ਬਾਅਦ ਕੱਢ ਦਾਂਗੇ, ਫਿਰ ਇਹਨੂੰ ਖੁਰਾਕ ਹੋਰ ਪਾ ਦਾਂਗੇ। ਅਤੇ ਦਾਣੇ ਸਾਰੇ ਖਾਣ ਲੱਗ ਗਏ, ਹੁਣ ਮੈਂ ਖੁਰਾਕ ਕਿਸੇ ਨੂੰ ਨਹੀਂ ਦਿੰਦਾ ਹੈ ਨਾ, ਸਾਰੇ ਦਾਣੇ ਚੁੱਕਦੇ ਆ ਬੱਚੇ। ਆ ਤੁਹਾਨੂੰ ਮੈਂ ਮਾੜੀ ਝਲਕ ਦਿਖਾ ਦਿੰਦਾ ਵੀ ਡਰਨਾ ਨਾ। ਇਹ ਲਓ ਜੀ, ਅਤੇ ਆਪਣੇ ਨਾ ਡੱਬੇ ਨੂੰ ਜ਼ੁਕਾਮ ਸੀਗਾ, ਉਹਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ, ਠੀਕ ਹੋ ਗਿਆ ਵਾ। ਅਤੇ ਬਾਕੀ ਦੂਜੇ ਨੂੰ, ਇੱਕ ਨੂੰ ਹੋਰ ਸੀਗਾ ਹੈ ਨਾ ਮਾੜਾ ਜੀ, ਉਹ ਛਿੱਕਾ ਮਾਰਦਾ ਸੀ, ਉਹਨੂੰ ਵੀ ਰਾਤ ਦੇ ਦਾ ਸਮਾਨ, ਅਤੇ ਓਕੇ ਰਿਪੋਰਟਾਂ ਵਾ। ਬਾਕੀ ਜੇ ਵੀ ਤੁਹਾਡਾ ਵੀ ਕੋਈ ਕਬੂਤਰ ਹੈ ਨਾ ਛਿੱਕਾ ਛੁੱਕਾ ਮਾਰਦਾ, ਆਪਾਂ ਨੂੰ ਕਮੈਂਟ ਕਰਿਆ ਕਰੋ, ਆਪਾਂ ਤੁਹਾਨੂੰ ਨਾਲ ਦੀ ਨਾਲ ਇਲਾਜ ਜਿਹੜਾ ਆਪਾਂ ਆਪ ਐਕਸਪੈਰੀਮੈਂਟ ਕੀਤਾ ਨਾ ਕਬੂਤਰਾਂ ਦੇ, ਉਹੀ ਤੁਹਾਨੂੰ ਦੱਸਾਂਗੇ ਇਲਾਜ ਹੈ ਨਾ। ਐਵੇਂ ਕਬੂਤਰ ਬੱਚੇ ਸਾਰੇ ਬਾਹਰ, ਫਿਰ ਤੁਹਾਨੂੰ ਮੈਂ ਇਕੱਲਾ ਇਕੱਲਾ ਕਰਕੇ ਦਿਖਾਉਂਦਾ। ਆ ਰਹੇ ਆ ਸਾਰੇ ਬੱਚੇ, ਦੋ ਤਾਂ ਬੱਚੇ ਗਝਾਉਣ ਵਾਲੇ ਜਿਹੜੇ ਬਾਈ ਕੋਲ ਆਏ ਵੇ ਆ, ਉਹ ਤਾਂ ਮਤਲਬ ਉੜਦੇ ਆ ਇੱਕ ਹਿਸਾਬ ਦੇ। ਤੁਹਾਨੂੰ ਦਿਖਾਉਂਦਾ, ਇੱਕ ਤਾਂ ਆ ਰਿਹਾ ਚਿੱਟਾ ਜਾਵੇ, ਆਵੇ ਆਵੇ ਲਓ ਜੀ, ਆਹ ਪਾਲੇ ਸਾਰੇ ਬੱਚੇ। ਹੁਣ ਤੁਹਾਨੂੰ ਮੈਂ ਦਿਖਾਉਂਦਾ ਇਕੱਲਾ ਇਕੱਲਾ ਕਰਕੇ ਕਿੱਥੇ ਕਿਹੜਾ ਕਿਹੜਾ ਬੱਚਾ ਆਇਆ। ਸਾਰਿਆਂ ਨੂੰ ਪਹਿਲਾਂ ਤਾਂ ਆ ਰਿਹਾ ਕਾਲ ਕਾਂਤਰਾ, ਕਿੱਧਰ ਗਈਆਂ ਅੱਖਾਂ ਜੀਆਂ, ਆ ਲਿਆ ਠੀਕ ਹੈ ਜੀ, ਇੱਥੇ ਖੁੱਲ੍ਹਾ ਛੱਡ ਕੇ ਦਿਖਾ ਦਿੰਦਾ। ਆ ਲਓ, ਇਹ ਹੈਗਾ ਪਹਿਲਾ ਬੱਚਾ, ਠੀਕ ਆ, ਚੱਲ ਵੀ ਸ਼ੇਰਾ ਅੰਦਰ। ਹੁਣ ਤੁਹਾਨੂੰ ਹੋਰ ਦਿਖਾਉਂਦੇ ਹਾਂ, ਇੱਕ ਆ ਆਇਆ ਚੀਨਾ ਚਿਤਲਾ, ਇਹ ਥੋੜ੍ਹੇ ਜਿਹੇ ਵੱਡੇ ਆ, ਇਹਨਾਂ ਦੇ ਰੰਗ ਲਾਉਂਦੇ ਹਾਂ ਆਪਾਂ, ਰੰਗ ਵਾਲੀ ਵੀਡੀਓ ਅਗਲੀ ਆਊਗੀ। ਆਹ ਦੇਖ ਲਓ ਚੀਨਾ ਚਿਤਲਾ ਜਿਹਾ, ਇਹੋ ਜਿਹਾ ਠੀਕ ਹੈ ਜੀ। ਅਤੇ ਆਪਾਂ ਰਿੰਗ ਦਾ ਆਰਡਰ ਦੇ ਆਉਂਦਾ, ਰਿੰਗ ਪਾਵਾਂਗੇ ਇਹਨਾਂ ਦੇ। ਇੱਕ ਬੱਚਾ ਹੋਰ ਆ ਰਿਹਾ, ਰੁਕ ਜਾਓ ਵੀ, ਰੁਕ ਜਾਓ ਰੁਕ ਜਾਓ ਰੁਕ ਜਾਓ, ਨਹੀਂ ਇਹ ਤਾਂ ਆਪਣੇ ਵਾਲਾ ਹੀ ਆ ਰਿਹਾ। ਇੱਕ ਆ ਵਾ, ਇਹਦੀ ਇਹ ਲੌਂਹ ਜਿਹੀ ਆ ਪਿੱਠ 'ਤੇ ਵੀ, ਅਤੇ ਪੂਛ ਥੋੜ੍ਹੀ ਜਿਹੀ ਆ, ਅਤੇ ਸਿਰ ਜੌਂਸਰਾ ਜਿਹਾ ਠੀਕ ਹੈ ਜੀ। ਇੱਕ ਬੱਚਾ ਇਹ ਆ, ਅਤੇ ਇੱਕ ਹੈਗਾ ਜਮਾਂਦਰੂ ਕਾਲੀ ਪੂਛ ਦਾ ਬੱਚਾ, ਕਿੱਧਰ ਗਿਆ ਉਹ, ਆ ਦੇ ਰਿਹਾ
ਇੱਕ ਆਹ ਵਾ ਆਹ ਦੇਖੋ ਸਿਰ 'ਤੇ ਟਿੱਕੇ ਜੇ, ਅਤੇ ਐਂ ਜਮਾਂਦਰੂ ਕਾਲੀ ਪੂਛ ਆ ਪੂਰੀ ਗੂੜੀ ਡੱਬੀ ਪੂਛ ਹੈ ਨਾ, ਘੈਂਟ ਆ ਪੂਰਾ। ਆਹ ਦੇਖ ਲਓ ਹੋਰ ਦਿਖਾਵਾਂ, ਇੱਕ ਇੱਥੇ ਹੋਰ ਸੀਗਾ ਡਰੱਕ ਵਾਲ ਜਿਹਾ, ਉਹ ਡਰਦਾ ਬਹੁਤ ਆ, ਉਹ ਕਿੱਧਰ ਗਿਆ। ਬਾਕੀ ਆ ਦੇਖ ਲਓ ਬੱਚੇ, ਆਪਣੇ ਬੱਚਿਆਂ ਦਾ ਤੁਹਾਨੂੰ ਪਤਾ ਹੀ ਕਿ ਬਾਈ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਯਾਰ, ਬੰਦਾ ਬਾਕੀ ਬਹੁਤ ਗੋਡਾ। ਤੁਹਾਨੂੰ ਦਿਖਾ ਵੀ ਦੇਵਾਂਗੇ ਕਿਤੇ ਬਾਈ, ਹੈ ਨਾ, ਦੁਬਾਰਾ ਕਿਤੇ ਵੀਡੀਓ ਬਣਾਵਾਂਗੇ ਬਾਈ ਨਾਲ, ਮਿਲਾ ਵੀ ਦੇਵਾਂਗੇ ਜਾਂ ਇੱਥੇ ਹੈ ਬਾਈ, ਜਾਂ ਆਪਾਂ ਬਾਈ ਕੋਲ ਦੁਬਾਰਾ ਗਏ, ਠੀਕ ਆ। ਅਤੇ ਉਹ ਵੀਡੀਓ ਹੁਣ ਤੁਸੀਂ ਦੇਖੋ ਜਿਹੜੇ ਬਾਈ ਨੇ ਕਬੂਤਰ ਸੇਲ ਕਰਨੇ ਆ, ਅਤੇ ਕਮੈਂਟ ਕਰਕੇ ਜੂਸ ਬੱਚੇ ਕਿੱਦਾਂ ਲੱਗੇ, ਹੈ ਨਾ। ਅਤੇ ਉਹ ਕਬੂਤਰ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਨੰਬਰ ਦੇ ਦਿੰਦਾ ਜਿਹੜੇ ਸੇਲ ਲਈ ਆ, ਹੈ ਨਾ, ਉਹ ਮੈਂ ਦੱਸਦੇ 4-5 ਕਿਹੜੇ ਕਿਹੜੇ ਆ, ਅਤੇ ਉਹ ਦੇਖੋ ਵੀਡੀਓ। ਹਾਂਜੀ ਕਿਵੇਂ ਆ, ਠੀਕ ਠਾਕ। ਓ ਜੀ ਅੱਜ ਨਾ ਜਗਰੂਪ ਬਾਈ ਨਾਲ ਆਪਾਂ ਆਏ ਸੀ, ਹੈ ਨਾ, ਹੋਰ ਬਾਈ ਠੀਕ ਠਾਕ। ਅਤੇ ਬਾਈ ਦੇ ਨਾ ਕਬੂਤਰ ਵਿਕਾਊ ਆ ਸਾਰੇ ਨੇਗੇ, ਤੁਹਾਨੂੰ ਦਿਖਾ ਦਿੰਦੇ ਕਿ ਹੈ ਨਾ, ਇੱਧਰ ਲਿਆਂਦਾ ਸ਼ੌਂਕ ਕਰਾ ਦਿੰਦੇ ਹਾਂ, ਸਾਰੇ ਕਬੂਤਰ ਨੇਗੇ, ਬਾਕੀ ਤਾਂ ਆਂਡੇ ਉਂਡੇ ਧਰੀ ਬੈਠੇ ਆ ਕੁਛ, ਇੱਧਰ ਧਰੇ ਵੇ, ਹੈ ਨਾ, ਅਤੇ ਸਾਰੇ ਨੇ ਵਿਕਾਊ ਉੱਧਰਲੇ ਖੁੱਡੇ 'ਚ ਆ, ਬਾਕੀ ਕੁਛ ਆਹ ਦੇਖ ਲਓ ਇੱਧਰ ਆ ਰਹੇ ਆ ਕਬੂਤਰ, ਇੱਕ ਆਹ ਵਿਚਾਰੇ ਦਾ ਸਿਰ ਕੁੱਟਿਆ ਹੋਇਆ, ਇੱਕ ਸ਼ਾਖ ਆ ਬੈਠਾ, ਇੱਧਰ ਆਂਡਿਆਂ 'ਤੇ ਬੈਠੇ, ਇੱਕ ਰੱਤਾ, ਆਹ ਰੱਤਾ ਬਾਈ ਉਹ ਠੀਕ ਆ ਜੀ, ਇੱਕ ਆ ਰਿਹਾ, ਅਤੇ ਇਹਨੂੰ ਘੁੰਮਣੀ ਥੋੜੀ ਜਿਹੀ, ਹੈ ਨਾ, ਪਹਿਲਾਂ ਲੱਗਿਆ ਬਾਹਰ ਤਾਂ ਲਾਇਆ ਮੇਰਾ, ਕੋਈ ਨੀ ਕੋਈ ਨੀ, ਕੋਈ ਨਿਕਲ ਜਾਂਦੇ ਕਿਵੇਂ, ਬਾਹਰ ਨੂੰ ਪਤਾ ਇਹਨਾਂ ਨੂੰ ਸਾਰਾ, ਹੈ ਨਾ, ਖੁੱਲੇ ਰਹਿੰਦੇ ਆ। ਅਤੇ ਬਾਕੀ ਤੁਹਾਨੂੰ ਹੁਣ ਦੂਜੇ ਖੁੱਡੇ 'ਤੇ ਜਿਹੜੇ ਹੈਗੇ ਵਿਕਾਊ, ਹੈ ਨਾ, ਉਹ ਤੁਹਾਨੂੰ ਦਿਖਾਉਂਦੇ ਹਾਂ, ਬਾਕੀ ਇਹਨਾਂ 'ਚੋਂ ਜੇ ਕੋਈ ਹੋਇਆ, ਹੈ ਨਾ, ਉਹ ਭਾਈ ਤੁਹਾਨੂੰ ਦੱਸ ਦੂਗਾ, ਆਪਾਂ ਦੁਬਾਰਾ ਵਾਲੀ ਗੱਲ ਆ, ਫੋਟੋਆਂ ਮੰਗਾ ਲਾਂਗੇ। ਆਹ ਦੇਖ ਲਓ ਐਂ ਉੱਡੇ ਫਿਰਦੇ ਆ, ਐਂ ਬਾਈ ਇਹਨਾਂ ਬਾਹਰ ਛੱਡ ਲੈਂਦਾ ਹੁੰਦਾ ਇਸ ਜਾਲ 'ਚ, ਨੀਲੀ ਤਹਿਰ ਬਾਈ ਦੀ ਲੱਗੀ ਆ, ਬਾਕੀ ਉੱਧਰ ਵੀ ਖੁੱਡੇ ਖੱਡੇ ਦੋ ਪਾਏ ਵੇ ਆ, ਉਹਨਾਂ 'ਚ ਤਾਂ ਹੈ ਨਹੀਂ, ਹੈ ਨਾ ਬਾਈ, ਕੀ ਹੈਗਾ। ਅੱਛਾ ਲਓ ਜੀ ਆਹ ਦਰਵਾਜ਼ਾ ਭੇਟ ਦਿਓ ਜੀ, ਆਹ ਹੈਗੇ ਆ 4-5 ਵਿਕਾਊ ਕਬੂਤਰ, ਇੱਕ ਤਾਂ ਆ ਰਿਹਾ ਬੜੀ ਗੱਲ, ਤੁਹਾਨੂੰ ਫੜ ਕੇ ਦਿਖਾ ਦਿੰਦੇ, ਹੈ ਨਾ, ਆਹੋ ਹਾਂ। ਬਾਕੀ ਨਾ ਬਾਹਰ ਬਾਈ ਉੱਧਰਲੇ ਉਹ ਦਾੜੀ ਮਾੜੀ ਜੀ, ਇੱਕ ਮਿੰਟ ਨਾ ਖੋਲਿਓ ਮਾੜਾ ਜਿਹਾ, ਲਾਇਓ ਵਾਰੀ ਸੁੱਕੇ ਜੀ, ਇਹਨਾਂ ਨੂੰ ਕੱਢਦੇ ਹੁਣ, ਬਾਹਰ ਕੱਢਦੇ ਬਾਈ, ਆਹ ਲਾ ਦਿਓ, ਆ ਬਾਹਰ ਕੱਢ ਕੇ ਤੁਹਾਨੂੰ ਦਿਖਾਉਂਦੇ ਹਾਂ, ਆਹਦੇ ਆਉਣਗੇ, ਆਹਦੇ ਆ ਗਏ ਆ ਗਏ ਆ ਗਏ ਆ ਗਏ ਆ ਗਏ, ਦਰਵਾਜ਼ਾ ਭੇੜ ਦਿਓ ਸਾਰੇ ਬਾਹਰ ਕੱਢ ਕੇ, ਲਓ ਜੀ ਆਹ ਕਬੂਤਰ ਹੈਗੇ ਸਾਰੇ, ਦਰਵਾਜ਼ਾ ਲਾ ਦੇ ਅੰਦਰ ਨਾ ਚੱਲ ਜਾਣ, ਵਕਾਊ ਆਹ ਲਓ 4-5 ਬਹਿ ਗਏ ਆ, ਠੀਕ ਹੈ ਜੀ, ਆਹ ਦੇਖ ਲਓ। ਅਤੇ ਬਾਕੀ ਰੇਟ ਰੂਟ ਦੀ ਗੱਲ, ਹੈ ਨਾ, ਬਾਈ ਨੇ ਤੁਸੀਂ ਕੰਟੈਕਟ ਕਰ ਲਿਓ, ਨੰਬਰ ਤੁਹਾਨੂੰ ਆਪਾਂ ਦੇ ਦਿੰਦੇ ਹਾਂ, ਅਤੇ ਹੁਣ ਤੁਹਾਨੂੰ 1-2 ਜਾਨਵਰ ਫੜ ਕੇ ਵੀ ਦਿਖਾ ਦਿੰਦੇ ਹਾਂ, ਬਾਕੀ ਆਹੀ ਆ ਜੇ ਕੋਈ ਹੋਰ ਵੀ ਹੋਇਆ, ਹੈ ਨਾ, ਉਹ ਬਾਈ ਨਾਲ ਕੰਟੈਕਟ ਬਾਅਦ 'ਚ ਕਰ ਲਿਓ ਤੁਸੀਂ, ਜਾਂ ਜਦੋਂ ਇਹ ਕਬੂਤਰ ਸੇਲ ਹੋ ਗਏ ਹਜੇ ਕਿਸੇ ਹੋਰ ਨੇ ਵੀ ਕਰਨਾ, ਹੈ ਨਾ, ਕੰਟੈਕਟ ਨੰਬਰ 'ਤੇ ਬਾਈ ਨਾਲ ਗੱਲ ਕਰ ਸਕਦੇ ਹੋ, 1-2 ਕਬੂਤਰ ਤੁਹਾਨੂੰ ਫੜ ਕੇ ਦਿਖਾ ਦਿੰਦੇ, ਕਬੂਤਰ ਬੜੇ ਚੰਗੇ ਆ ਨਸਲੋਂ, ਹੈ ਨਾ, ਅਤੇ ਬਾਕੀ ਇਹ ਬਾਈ ਦੇ ਘਰ ਦੇ ਪੱਠੇ, ਹੈ ਨਾ, ਹਾਂ, ਜਿਹੜੇ ਉੱਧਰ ਤੁਹਾਨੂੰ ਮੈਂ ਦੂਜੇ ਖੁੱਡੇ ਦਿਖਾਏ ਆ ਕਬੂਤਰ, ਉਹਨਾਂ ਕਬੂਤਰਾਂ ਦੇ ਹੀ ਆ ਇਹ ਬੱਚੇ ਪੱਠੇ, ਅਤੇ ਆਹ ਬਾਕੀ ਦੇਖ ਲਓ ਤੁਸੀਂ, ਹੈ ਨਾ, ਚੀਨਾ ਦੇਖੋ ਕਿੰਨਾ ਸੋਹਣਾ, ਅਤੇ ਆਹ ਦੇਖੋ ਆਹ ਲਾਲ ਸਰੀ, ਆਹ ਤੁਹਾਨੂੰ ਫੜ ਕੇ ਦਿਖਾਉਂਦੇ 1-2 ਫੜ 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 ਕੇ ਬਾਈ, ਘੱਟ ਆ ਤਾਂ, ਹੈ ਨਾ, ਫੜ ਦਿਓ ਫੜ ਦਿਓ ਫੜ ਦਿਓ, ਰੁਕ ਜਾ ਰੁਕ ਜਾ, ਆਹ ਦੇਖ ਲਓ, ਹਾਂ ਬਾਈ ਵਧੀਆ ਆਉਂਦੀ ਆ, ਆਹ ਦੇਖ ਲਓ ਅੱਖ ਉੱਖ, ਅਤੇ ਪੱਲੇ ਵੀ ਦਿਖਾ ਦਿਓ ਅਤੇ ਪੰਜੇ ਵੀ ਦਿਖਾ ਦਿਓ,
ਆਹ ਦੇਖ ਲਓ ਥੋੜ੍ਹਾ ਜਿਹਾ ਹੈ ਨਾ ਕੱਟ ਆ, ਆਹਦੇ ਪੂਛ 'ਤੇ ਵੀ ਲੌਂਸ ਆਵੇ ਇੱਕ ਦੋ, ਆਹ ਠੱਲ ਬਾਈ ਨੇ ਰਿੰਗ ਪਾਈ ਵੀ ਆਹਦੇ। ਓਕੇ ਜੀ, ਸੁਰਖ ਲਾਲ ਪੰਜੇ ਅਤੇ ਆਹ ਦੇਖ ਲਓ ਇਹੋ ਜੀ ਹੈ ਨਾ ਅੱਖ ਇਹਦੀ, ਟੀਰਾ ਆਏ ਥੋੜ੍ਹਾ ਜਿਹਾ, ਅਤੇ ਇੱਕ ਆਹ ਦਿਖਾ ਦਿਉ ਪੱਠੀ ਲੱਗਦੀ ਹੈ ਨਾ ਇਹ, ਇੱਕ ਆਹ ਪੱਠੀ ਆ ਕੱਚੀਆਂ ਪੀਲੀਆਂ ਦੀ, ਆਹ ਦੇਖ ਲਓ ਇਹਦੇ ਪਰ, ਅਤੇ ਆਹ ਦੇਖ ਲਓ ਪੰਜੇ, ਬਾਕੀ ਰਿੰਗ ਸਾਰਿਆਂ ਦੇ ਹੈ ਨਾ ਖੁਸ਼ਕ ਆ ਪੰਜੇ ਲੈ ਲਾਲ, ਅਤੇ ਰਿੰਗ ਰੁੰਗ ਬਾਈ ਨੇ ਸਾਰਿਆਂ ਦੇ ਪਾਈ ਵੀ ਆ। ਆਹ ਵੀ ਤੁਹਾਨੂੰ ਇੱਕ ਦੋ ਫੜ ਕੇ ਦਿਖਾ ਦੇਣਾ, ਆਹ ਵੀ ਚੀਨਾ ਬੈਠਾ ਇੱਧਰ ਵਾਸੀ ਹੀ ਆ, ਆਹ ਚੀਨਾ ਦੇਖੋ ਚਿੱਟੀਆਂ ਦਾ, ਅਤੇ ਆਹ ਲਓ ਜੀ ਕਰੋ ਸ਼ੌਂਕ, ਕਾਲੀ ਨੋਕ, ਚਿੱਟੀਆਂ ਅੱਖਾਂ, ਚੀਨਾ ਅਤੇ ਪਜਾਮੀ ਮੌਜ ਹੈ ਨਾ ਬਾਈ, ਪਜਾਮੀ ਮੌਜ ਇਹਦੇ, ਅਤੇ ਫਰ ਸਾਫ਼ ਹੋਈ ਜਾਂਦੇ ਆ। ਇਹ ਚਾਰੇ ਪੰਜੇ ਹੈ ਨਾ ਸੇਲ ਲਈ ਆ, ਬਾਕੀ ਕੰਟੈਕਟ ਨੰਬਰ ਤੁਹਾਨੂੰ ਮੈਂ ਦੇ ਦਿੰਦਾ ਅਤੇ ਬਾਈ ਨਾਲ ਕਰ ਲਿਓ ਕੰਟੈਕਟ। ਇੱਕ ਲਾਲ ਸਰੀ ਜ਼ਰੂਰ ਦਿਖਾਉਣੀ ਆ ਤੁਹਾਨੂੰ ਇਹ, ਆ ਗਿਆ ਜੀ, ਚਲ ਉਹ ਵੀ ਫੜ ਲਓ ਫਿਰ, ਸਾਖ ਹੀ ਫੜ ਲਓ ਪਹਿਲਾਂ, ਫੜ ਲਈ ਫੜ ਲਈ ਫੜ ਲਈ, ਲੈ ਮੈਨੂੰ ਫੜਾ ਦੋ ਨਾ ਟਾਈਮ, ਆਹ ਤੁਸੀਂ ਦਿਖਾ ਦਿਓ ਚੰਗੀ ਤਰ੍ਹਾਂ। ਆਹ ਲਓ ਜੀ ਆਹ ਲਾਲ ਸਰੀ ਦੇਖੋ, ਕੱਚੀਆਂ ਪਲੀਆਂ ਦੀ, ਹਾਂ ਪੂਛ 'ਚ ਵੀ ਹੈਗੇ ਫਾਰਾ ਦੇ ਲਾਲ, ਅਤੇ ਲੌਂਸ ਵੀ ਆ, ਅਤੇ ਬਾਕੀ ਪੰਜੇ ਦਿਖਾ ਦਿਉ, ਆਹਦੇ ਤਾਂ ਦੋ ਠੱਲਾਂ ਪਾਈਆਂ ਵੀਆਂ ਘਰੇ, ਹਾਂ ਬਾਈ ਦੇ ਲੱਗੇ ਵੇ ਘਰ ਦੇ ਜੋੜਿਆਂ ਦੇ ਪੱਠੇ ਸਾਰੇ, ਆਹਦੇ ਰੰਗ ਰੁੰਗ ਲਾ ਕੇ ਨਾ ਕੰਮ ਦਾ ਕਰਕੇ ਮਜਬੂਰੀ ਕਰ, ਹਾਂ ਅਤੇ ਇੱਕ ਆ ਸ਼ਾਖੀ ਦਿਖਾ ਦਿਓ, ਬਸ ਆਹ ਚਾਰ ਪੰਜ ਸੇਲ ਆ, ਬਾਕੀ ਤੁਹਾਨੂੰ ਬਾਈ ਦੇ ਕਬੂਤਰਾਂ ਸ਼ੌਂਕ ਕਰਾਈ ਦਿੱਤਾ ਹੈ ਨਾ, ਅਤੇ ਬਾਈ ਗੱਲ ਕਰ ਹੈ ਨਹੀਂ ਗਾ ਘਰੇ, ਨਹੀਂ ਤਾਂ ਤੁਹਾਨੂੰ ਬਾਈ ਨੇ ਮਿਲਾ ਦੇਣਾ ਸੀ, ਅਤੇ ਇਹ ਬਾਈ ਤੋਂ ਬਾਈ ਕੋਲੋਂ ਨਾ ਆਪਣੇ ਪੱਠੇ ਵੀ ਗਏ ਆ ਆਪਣੇ ਘਰੇ, ਉਹ ਤੁਹਾਨੂੰ ਜਾ ਕੇ ਦਿਖਾਵਾਂਗੇ ਤੁਹਾਨੂੰ ਕੱਲ੍ਹ ਵਾਲੇ ਵਲੋਗ 'ਚ, ਨਾਲੇ ਉਹਨਾਂ ਦੇ ਰੰਗ ਲਾਵਾਂਗੇ। ਆਹ ਦੇਖ ਲਓ ਜੀ ਪੰਜੇ ਸ਼ਾਖੀ, ਚੱਕੋ ਜੀ, ਓਕੇ ਜੀ, ਬਾਕੀ ਆਹ ਦੇਖ ਲਓ ਦੋ ਆਹ ਬੈਠੇ ਆ, ਬਾਕੀ ਤਿੰਨ ਆ ਰਹੇ ਆ, ਅਤੇ ਇਹਨਾਂ ਨੂੰ ਹੁਣ ਛੱਡ ਦੇਣੇ ਖੁੱਡੇ ਜੀ ਆਪਾਂ, ਚਲੋ ਵੀ ਚਲੋ ਵੀ ਚਲੋ, ਆਹ ਦੇਖੋ ਸਾਰੇ ਐਕਟਿਵਾਂ ਵਾਲੇ, ਕੋਈ ਐਂ ਨਾ ਕਿਉਂ ਵੀ ਕੋਈ ਢਿੱਲਾ ਕੋਈ ਬਿਮਾਰ ਹੈ ਨਾ, ਸਾਰੇ ਓਕੇ ਰਿਪੋਰਟਾਂ ਵਾ। ਅਤੇ ਬਾਕੀ ਆਹ ਦੇਖ ਲਓ ਬਾਈ ਦੇ ਖੁੱਡੇ ਹੈ ਨਾ, ਖੁੱਲ੍ਹੇ ਹਵਾਦਾਰ ਖੁੱਡੇ ਵਧੀਆ ਪਾਏ ਬਾਈ ਦੇ ਹੈ ਨਾ, ਬਾਕੀ ਬਾਈ ਦੀ ਸੰਭਾਲ ਸੰਭੂਲ ਬਹੁਤ ਆ, ਉਹ ਕੰਮ ਤਾਂ ਮਜਬੂਰੀ ਕਰਕੇ ਬਾਈ ਨੇ ਕਰਨੇ ਸੀ, ਰਾਹੀਂ ਰਹਿੰਦੇ ਇੱਧਰ ਵੀ ਆਈ ਹਾਂ ਬਸ। ਚਲੋ ਜੀ ਉਹਦੇ 'ਚ ਕਿਹੜੇ ਆ, ਆਹ ਲਾ ਦਿਓ ਫਿਰ ਨਵੇੜੀ ਦਿਓ, ਆਹ ਚੱਕੋ ਜੀ ਇੱਧਰਲੇ ਖੁੱਡੇ ਜੀ, ਤੁਹਾਨੂੰ ਇੱਕ ਆਹ ਬਾਈ ਦਾ ਜਾਲ ਰੱਖਿਆ ਵਾ ਹੈ ਨਾ, ਹੈਗੇ ਆ ਆਂਡੇ ਉਂਡੇ ਧਰੀ ਬੈਠੇ, ਇੱਧਰ ਵੀ ਰਾਹ 'ਚ ਵੀ ਵਿਚਾਲੇ ਸਾਰੇ ਪਾਸੇ ਧਰੇ ਵੇ ਆਂਡੇ। ਆਹ ਦੇਖ ਲਓ ਆਹ ਬਾਈ ਦੇ ਮੇਰੇ ਹਿਸਾਬ ਨਾਲ ਵੱਡੇ ਬਰੀਡਰ ਆ, ਇੱਧਰ ਸ਼ਾਖੇ ਹੈ ਨਾ, ਸ਼ਾਖੇ ਦੇ ਕੱਚੀਆਂ ਪਿਲੀਆਂ ਖੱਟੀਆਂ ਜਿਹੜੇ ਚਿੱਟੀਆਂ ਦੇ, ਹਾਂ ਅਤੇ ਬਾਕੀ ਹੈ ਨਾ ਇਹ ਕਬੂਤਰ ਨਹੀਂ ਸੇਲ ਲਈ, ਇਸ ਨੂੰ ਪਹਿਲਾਂ ਦੱਸ ਦਿੰਦਾ ਆਹ ਵਾਲੇ ਨੀਗੇ, ਇਹ ਤੁਹਾਨੂੰ ਸ਼ੌਂਕ ਕਰਾਉਂਦੇ ਆ, ਹਾਂ ਕੰਟੈਕਟ, ਹਾਂ ਬਾਕੀ ਕਰਕੇ ਤੁਸੀਂ ਪਤਾ ਕਰ ਲਿਓ, ਤੁਸੀਂ ਦੱਸ ਦਿਓ ਵੀ ਕਿਹੜੇ ਖੁੱਡੇ ਵਾਲੇ ਹੈ ਨਾ, ਵੀ ਤੁਹਾਨੂੰ ਵਧੀਆ ਵਧੀਆ ਲੱਗੇ ਬਾਈ ਨਾਲ ਕੰਟੈਕਟ ਕਰ ਲਿਓ ਤੁਸੀਂ, ਹਾਂ ਉਦੋਂ ਤੁਹਾਨੂੰ ਇੱਕ ਸ਼ੌਂਕ ਕਰਾ ਦਿੰਦਾ, ਬਾਕੀ ਤੁਸੀਂ ਬਾਈ ਨਾਲ ਕੰਟੈਕਟ ਕਰ ਲਿਓ, ਬਾਈ ਜਦੋਂ ਘਰੇ ਹੋਇਆ ਆਪਾਂ ਦੁਬਾਰਾ ਵੀ ਇੱਕ ਅੱਧੀ ਵਾਰ ਵਾਲੀ ਗੱਲ ਵੀਡੀਓ ਬਣਾ ਦਾਂਗੇ। ਆਹ ਦੇਖ ਲਓ ਬਾਕੀ ਇੱਕ ਉਹ ਵਿੰਗੀ, ਉਹਨੂੰ ਪੱਕੀ ਵੀ ਆ ਲੱਗਦਾ, ਓਕੇ ਜੀ ਬਾਕੀ ਆਹ ਵੀ ਖੁੱਡਾ ਬਾਈ ਨੇ ਲਿਪਿਆ ਵਧੀਆ ਘੈਂਟ ਕੰਮ ਦਾ ਕੀਤਾ ਵਾ, ਹਾਂ ਉਹ ਵਾਲੀ, ਹਾਂ
ਉਹਦਾ ਉਹਦੇ ਅਰਗੇ ਜਿਹੜੀ ਆਪਣੀ ਸੱਸ ਉਹ ਨੀ ਟੂਸੇ ਵਾਲੀ ਹੁੰਦੀ ਸੀ। ਆਹ ਦੇਖ ਲਓ ਬਾਈ ਨੇ ਐਂ ਸਿਸਟਮ ਕੀਤਾ ਪਹਿਲਾਂ। ਓਕੇ ਜੀ, ਹਾਂ ਕੰਮ ਕਰਕੇ ਬਾਈ ਨੇ ਉਹ ਨਾ ਉਹ ਥੋੜ੍ਹਾ ਜਿਹਾ ਰਹਿੰਦਾ ਬੀਜੀ ਕੰਮ ਕੁੰਮ ਦਾ, ਹੈ ਨਾ ਬਾਈ ਕਬੀਲਦਾਰ ਬੰਦਾ, ਤਾਂ ਕਰਕੇ ਉਹਨੇ ਕਬੂਤਰ ਸੇਲ ਕਰਨੇ ਆ। ਅਤੇ ਬਾਕੀ ਜਿਹੜੇ ਭਰਾ ਨੇ ਇੰਟਰਸਟ ਹੋਇਆ ਹੈ ਨਾ ਕਬੂਤਰ ਕਤਰ ਲੈਣੇ ਹੋਏ ਅਤੇ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ, ਨੰਬਰ ਤੁਹਾਨੂੰ ਆਪਾਂ ਡਿਸਕ੍ਰਿਪਸ਼ਨ 'ਚ ਵੀ ਦੇ ਦਿੰਦੇ ਹਾਂ, ਅਤੇ ਜ਼ਰੂਰ ਬਾਈ ਬੋਲ ਵੀ ਦੇਈ ਮਾੜਾ ਜਿਹਾ। ਮੇਰਾ ਨੰਬਰ, ਹਾਂ ਬੋਲ ਦਿਓ, 8683 09 09 83 09 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
ਨੰਬਰ 'ਤੇ ਬਾਈ ਨਾਲ ਕੰਟੈਕਟ ਕਰ ਲਿਓ, ਰੇਟ ਰੂਟ ਦੀ ਸਾਰੇ ਬਾਈ ਕਰ ਦੂਗਾ, ਤੁਹਾਨੂੰ ਦੱਸ ਦੂਗਾ, ਅਤੇ ਬਾਏ ਮਿੱਤਰੋ।